साढ़े नाल खुद सबका विधायक जसवीर सिंह खंगूड़ा जुड़ चुके ने। खंगूड़ा जी, कांग्रेस छड्डी है, कारण की रहे ने? ਸਤਿ ਸ਼੍ਰੀ ਅਕਾਲ ਜੀ ਜੀ ਕਾਂਗਰਸ ਦੀ ਜਿਹੜੀ ਡਿਸੀਜਨ ਮੇਕਿੰਗ ਆ ਉਹਦੇ ਚ ਮੈਨੂੰ ਕਾਫੀ ਸਮੇਂ ਤੋਂ ਕਮਜ਼ੋਰੀਆਂ ਦਿਸੀਆਂ ਜੀ। ਕਾਂਗਰਸ ਕਈ ਸੂਬਿਆਂ ਚ ਪੋਲੀਟੀਕਲ ਸਪੇਸ ਤੇ ਗੇਜ ਕਰ ਚੁੱਕੀ ਆ ਤੇ ਮੈਨੂੰ ਦਿਸਦਾ ਸੀਗਾ ਵੀ ਜੇ ਕਾਂਗਰਸ ਇਸੇ ਤਰੀਕੇ ਨਾਲ ਹੀ ਅੱਗੇ ਚੱਲੂਗੀ ਫਿਰ ਕਾਂਗਰਸ ਦਾ ਪੰਜਾਬ ਦੇ ਵਿੱਚ ਵੀ ਫਿਊਚਰ ਕਮਜ਼ੋਰ ਹੋਊਗਾ। ਲੰਬੇ ਸਮੇਂ ਤੋਂ ਮੈਂ ਸੋਚਦਾ ਸੀਗਾ ਤੇ ਅੰਤ ਵਿੱਚ ਮੈਂ ਫੈਸਲਾ ਲੈ ਲਿਆ ਵੀ ਪਾਰਟੀ ਨੇ ਮੇਰਾ ਬਹੁਤ ਸਾਥ ਦਿੱਤਾ, ਪਾਰਟੀ ਦਾ ਮੈਂ ਬਹੁਤ ਧੰਨਵਾਦ ਕਰਦਾ। ਮੌਕਾ ਦਿੱਤਾ ਉਹਨਾਂ ਨੇ ਸਿਆਸਤ ਚੋਣ ਦਾ, ਕਈ ਵਾਰੀ ਪਾਰਟੀ ਨੇ ਟਿਕਟ ਦਿੱਤੇ ਨੇ, MLA ਬਣੇ ਆ, ਲੇਕਿਨ ਇਸ ਮੌਕੇ ਤੇ ਮੈਂ ਫੈਸਲਾ ਕਰ ਲਿਆ ਵੀ ਮੈਂ ਆਪਦੀ ਡਾਇਰੈਕਸ਼ਨ ਹੋਰ ਪਾਸੇ ਲੈ ਕੇ ਜਾਊਂਗਾ। ਘੋੜਾ ਸਾਹਿਬ, ਪੰਜਾਬ ਕਾਂਗਰਸ ਦੇ ਨੁਮਾਇੰਦੇ ਤੋਂ ਇਤਰਾਜ਼ ਹੈ ਜਾਂ ਕੌਮੀ ਕਾਂਗਰਸ ਤੋਂ ਇਤਰਾਜ਼ ਹੈ ਤੁਹਾਨੂੰ? ਦੇਖੋ, ਪੰਜਾਬ ਦੇ ਵਿੱਚ ਵੀ ਕਮਜ਼ੋਰੀਆਂ, ਸੈਂਟਰ ਦੇ ਵਿੱਚ ਵੀ ਕਮਜ਼ੋਰੀਆਂ। ਜਿਹੜਾ ਕੌਨਫੀਡੈਂਸ ਦੇ ਨਾਲ ਮੈਂ ਲੰਡਨ ਤੋਂ ਆਇਆ ਸੀਗਾ, 20 ਸਾਲ ਪਹਿਲਾਂ ਬ੍ਰਿਟਿਸ਼ ਪਾਸਪੋਰਟ ਸੈਂਡਰ ਕੀਤਾ, ਜਿਹੜੇ ਕੌਨਫੀਡੈਂਸ ਦੇ ਨਾਲ ਮੈਂ ਇਲੈਕਸ਼ਨ ਲੜੀ ਤੇ ਮੈਂ MLA ਬਣਿਆ, ਉਹਨਾਂ ਕੌਨਫੀਡੈਂਸ ਮੈਨੂੰ ਅੱਜ ਰਿਹਾ ਨਹੀਂ। ਤਾਂ ਕਰਕੇ ਮੈਂ ਫੈਸਲਾ ਲਿਆ, ਬੜਾ ਸੋਚ ਸਮਝ ਕੇ ਫੈਸਲਾ ਲਿਆ। ਨਹੀਂ, ਕੋਈ ਇਤਰਾਜ਼ ਹੋਵੇ, ਕੋਈ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮਲਾਲ ਹੋਵੇ, ਕੋਈ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੇ ਸਵਾਲ ਹੋਵੇ? ਨਹੀਂ, ਖੰਗੂੜਾ ਪਰਿਵਾਰ ਨੂੰ ਕੀ ਇਤਰਾਜ਼ ਹੋ ਸਕਦਾ? ਪਾਰਟੀ ਨੇ ਪਰਿਵਾਰ ਨੂੰ 3 ਵਾਰੀ ਟਿਕਟ ਦਿੱਤਾ, ਪਹਿਲੀ ਵਾਰੀ ਮੇਰੀ ਬੀਬੀ ਨੂੰ ਦਿੱਤਾ, 2 ਵਾਰੀ ਮੈਨੂੰ ਦਿੱਤਾ, 2017 ਜਿਹਦਾ ਅਸੀਂ ਜਵਾਬ ਦਿੱਤਾ। ਸੋ ਪਾਰਟੀ ਨੂੰ ਮੈਨੂੰ ਖੰਗੂੜਾ ਪਰਿਵਾਰ ਨੂੰ ਪਾਰਟੀ ਤੇ ਕੀ ਇਤਰਾਜ਼ ਹੋ ਸਕਦਾ? ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ। ਕਾਂਗਰਸ ਛੱਡ ਕੇ ਕਿਹੜੀ ਪਾਰਟੀ ਚੱਲੇ ਹੋ? ਨਹੀਂ ਜੀ, ਹਜੇ ਤਾਂ ਮੈਂ ਕਾਂਗਰਸ ਛੱਡੀ ਆ, ਹੋ ਸਕਦਾ ਸਿਆਸਤ ਵੀ ਛੱਡ ਦੀਏ, ਲੇਕਿਨ ਹਜੇ ਕੋਈ ਫੈਸਲਾ ਨਹੀਂ ਲਿਆ। ਅੱਛਾ ਖੰਗੂੜਾ ਸਾਹਿਬ, ਉਮੀਦ ਕੀ ਹੈ, ਐਕਸਪੈਕਟੇਸ਼ਨਸ ਕੀ ਨੇ ਤੁਹਾਡੀਆਂ ਕਾਂਗਰਸ ਤੋਂ, ਕੀ ਸੀ? ਹਾਲਾਂਕਿ ਤੁਸੀਂ ਸਾਬਕਾ ਲੀਡਰ ਹੋ ਚੁੱਕੇ ਹੋ, ਅਸਤੀਫਾ ਤੁਸੀਂ ਦਿੱਤਾ, ਉਹ ਪ੍ਰਵਾਨ ਹੋ ਜਾਣਾ, ਉਹ ਪਾਰਟੀ ਨੇ ਦੇਖਣਾ, ਪਰ ਕੋਈ ਮਲਾਲ, ਕੋਈ ਸਪੈਸੀਫਿਕ ਠੋਸ ਵਜ੍ਹਾ? ਦੇਖੋ, ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ, ਖਾਸ ਕਰਕੇ ਕਿਲਾ ਰਾਏਪੁਰ ਦੇ ਵਾਸੀ। ਮੈਂ ਜਦੋਂ UK ਠੰਡਾ ਮੁਲਕ ਛੱਡ ਕੇ ਆਇਆ ਸੀਗਾ ਜੀ, ਮੈਂ ਕਦੇ ਕਾਂਗਰਸ ਪਾਰਟੀ ਤੋਂ ਅੱਗੇ ਦੇਖਿਆ ਨਹੀਂ ਸੀ। ਜਦੋਂ UK ਵੀ ਸੀ ਉਦੋਂ ਵੀ ਇੰਡੀਅਨ ਓਵਰਸੀਜ਼ ਕਾਂਗਰਸ ਦੇ ਐਕਟਿਵ ਮੈਂਬਰ ਹੁੰਦੇ ਸੀ, ਮੇਰੇ ਫਾਦਰ ਉਸ ਵੇਲੇ ਹੁੰਦੇ ਸੀ ਜਨਰਲ ਸੈਕਟਰੀ UK ਦੇ ਯੂਨਿਟ ਦੇ। ਠੀਕ ਹੈ ਖੰਗੂੜਾ ਸਾਹਿਬ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਸੀ ਪੰਜਾਬ ਹਰਿਆਣਾ ਹਿਮਾਚਲ ਤੇ ਰੱਖਿਆ।